ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਿਗ ਬੌਸ 13 ਦੇ ਵਿੱਚ ਹੋ ਰਹੀਆਂ ਲੜਾਈਆਂ ਦੀ। ਜੀ ਹਾਂ, ਹੁਣ ਸ਼ਹਿਨਾਜ਼ ਗਿੱਲ ਦੀ ਆਸਿਮ ਰਿਆਜ਼ ਨਾਲ ਲੜਾਈ ਹੋ ਗਈ ਹੈ। ਸ਼ਹਿਨਾਜ਼ ਗਿੱਲ ਘਰ ਦੀ ਕੈਪਟਨ ਹੈ ਤੇ ਸ਼ਹਿਨਾਜ਼ ਗਿੱਲ ਨੇ ਆਸਿਮ ਰਿਆਜ਼ ਨੂੰ ਕਿਹਾ ਕਿ ਟੋਇਲਟ ਤਾਂ ਉਹੀ ਸਾਫ਼ ਕਰੇਗਾ, ਪਰ ਆਸਿਮ ਨੇ ਟੋਇਲਟ ਸਾਫ਼ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਤੇ ਆਸਿਮ ਰਿਆਜ਼ ਨੇ ਕਿਹਾ ਕਿ ਉਹ ਲਿਵਿੰਗ ਰੂਮ ਸਾਫ਼ ਕਰ ਸਕਦਾ, ਬੈਡਰੂਮ ਸਾਫ਼ ਕਰ ਸਕਦਾ, ਪਰ ਟੋਇਲਟ ਸਾਫ਼ ਕਰਨਾ ਉਹਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਉਹਨੇ ਟੋਇਲਟ ਸਾਫ਼ ਕਰਨੇ ਸੀ ਉਦੋਂ ਉਹਨੇ ਕੀਤੇ ਵੀ ਹੈ, ਤੇ ਸ਼ਹਿਨਾਜ਼ ਇਹ ਡਿਊਟੀ ਕਿਸੇ ਹੋਰ ਸਦੱਸੇ ਨੂੰ ਅਸਾਈਨ ਕਰ ਦੇਵੇ ਕਿਉਂਕਿ ਉਹ ਟੋਇਲਟ ਬਿਲਕੁਲ ਵੀ ਸਾਫ਼ ਨਹੀਂ ਕਰੇਗਾ। ਸ਼ਹਿਨਾਜ਼ ਤੇ ਆਸਿਮ ਦੀ ਇਸ ਲੜਾਈ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਨੇ ਵੀ ਆਸਿਮ ਨੂੰ ਬੁਰਾ ਭੱਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਸਿਧਾਰਥ ਨੇ ਆਸਿਮ ਨੂੰ ਮਾਂ ਪਿਓ ਦੀਆਂ ਗਾਲਾਂ ਤੱਕ ਵੀ ਕੱਢ ਦਿੱਤੀਆਂ। ਜਿਸ ਤੋਂ ਬਾਅਦ ਪਾਰਸ ਛਾਬੜਾ ਨੇ ਵੀ ਆਸਿਮ ਨੂੰ ਬੁਰਾ ਭੱਲਾ ਕਹਿਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਿਧਾਰਥ ਤੇ ਆਸਿਮ ਦੀ ਭਿਆਨਕ ਲੜਾਈ ਹੋ ਗਈ ਤੇ ਬਿਗ ਬੌਸ ਨੇ ਦੋਨਾਂ ਨੂੰ ਹੀ ਇੱਕ ਦੂਜੇ ਤੋਂ ਦਾਇਰਾ ਬਣਾਉਣ ਦੇ ਨਿਰਦੇਸ਼ ਤੱਕ ਦੇ ਦਿੱਤੇ। ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਘਰ ਦੀ ਕੈਪਟਨ ਸ਼ਹਿਨਾਜ਼ ਤੇ ਅਸਿਮ ਰਿਆਜ਼ ਵਿੱਚ ਕੱਲ੍ਹ ਲੜਾਈ ਹੋ ਗਈ, ਜਿਸ ਦੌਰਾਨ ਅਸਿਮ ਨੇ ਸ਼ਹਿਨਾਜ਼ ਦੇ ਪਕਸ਼ਪਾਤ ਦੇ ਆਰੋਪ ਲਗਾਏ ਤੇ ਕਿਹਾ ਕਿ ਉਹ ਆਪਣੇ ਦਿਮਾਗ ਨਾਲ ਨਹੀਂ ਚੱਲਦੀ ਬਲਕਿ ਸਿਧਾਰਥ ਦੇ ਦਿਮਾਗ ਨਾਲ ਚੱਲਦੀ ਹੈ। ਇਸ ਸੁਣ ਕੇ ਸਿਧਾਰਥ ਆਪਣੇ ਹਾਈਪਰ ਕਿਰਦਾਰ ਵਿੱਚ ਆ ਗਏ ਤੇ ਅਸਿਮ ਨੂੰ ਗਾਲਾਂ ਕੱਢਣ ਵਿੱਚ ਸਾਰੀਆਂ ਹੱਦਾਂ ਪਾਰ ਕਰ ਗਏ। ਘਰ ਦੇ ਬਾਕੀ ਕੰਟੈਸਟੈਂਟ ਵੱਲੋਂ ਸਮਝਾਉਣ ਤੇ ਵੀ ਦੋਨੋਂ ਨਹੀਂ ਹਟੇ ਤੇ ਇੱਕ ਦੂਜੇ ਨੂੰ ਬੁਰਾ ਭਲਾ ਬੋਲਦੇ ਹੀ ਰਹੇ। ਇਸ ਲੜਾਈ ਦੇ ਨਾਲ ਘਰ ਵਿੱਚ ਦੋ ਗੁੱਟ ਬਣਦੇ ਨਜ਼ਰ ਆਏ। ਜਦੋਂ ਸਿਧਾਰਥ ਤੇ ਅਸਿਮ ਦੀ ਲੜਾਈ ਨਹੀਂ ਥੰਮੀ ਤਾਂ ਬਿਗ ਬੌਸ ਨੇ ਦੋਵਾਂ ਨੂੰ ਅਲੱਗ ਅਲੱਗ ਜਗ੍ਹਾ ਬੈਠਣ ਦਾ ਨਿਰਦੇਸ਼ ਦੇ ਦਿੱਤਾ। ਬਿਗ ਬੌਸ ਨੂੰ ਦੋਵਾਂ ਦੀ ਇਸ ਭਿਆਨਕ ਲੜਾਈ ਨੂੰ ਬੰਦ ਕਰਵਾਉਣ ਲਈ ਵਾਰ ਵਾਰ ਨਿਰਦੇਸ਼ ਦੇਣਾ ਪਿਆ। ਸਿਧਾਰਥ ਸ਼ੁਕਲਾ ਤੇ ਆਸਿਮ ਦੀ ਇਸ ਭਿਆਨਕ ਲੜਾਈ ਦੇ ਨਾਲ ਘਰ ਦੇ ਕੰਟੈਸਟੈਂਟਸ ਦੋ ਗੁੱਟਾਂ ਦੇ ਵਿੱਚ ਤਬਦੀਲ ਹੋ ਚੁੱਕੇ ਹੈ ਤੇ ਰਸ਼ਮੀ ਦੇਸਾਈ ਨੇ ਵੀ ਸਿਧਾਰਥ ਸ਼ੁਕਲਾ ਨੂੰ ਹੀ ਇਸ ਲੜਾਈ ਦਾ ਕਸੂਰਵਾਰ ਠਹਿਰਾਇਆ ਤੇ ਕਿਹਾ ਕਿ ਸ਼ਹਿਨਾਜ਼ ਗਿੱਲ ਨੇ ਖੁਦ ਤਾਂ ਅੱਗ ਲਗਾ ਦਿੱਤੀ ਤੇ ਆਪ ਵਿੱਚੋਂ ਨਿਕਲ ਗਈ ਹੈ ਤੇ ਸਿਧਾਰਥ ਦੀ ਸਾਈਡ ਹੋ ਚੁੱਕੀ ਹੈ ਤੇ ਕਿਹਾ ਕਿ ਸ਼ਹਿਨਾਜ਼ ਨੇ ਸਿਧਾਰਥ ਤੇ ਆਸਿਮ ਦੀ ਲੜਾਈ ਕਰਵਾ ਦਿੱਤੀ ਹੈ ਤੇ ਆਪ ਵਿੱਚੋਂ ਨਿਕਲ ਕੇ ਹੁਣ ਸ਼ਹਿਨਾਜ਼ ਸਿਧਾਰਥ ਵੱਲ ਖੜੀ ਹੋ ਗਈ ਹੈ। ਤੁਹਾਡੀ ਕੀ ਹੈ ਰਾਏ ਇਸ ਬਾਰੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ ਤੇ ਹੋਰ ਨਵੀਆਂ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।